द हरप्रीत सिंह शो के अज्ज दे इस धार्मिक सैगमेंट में आप सबनों जय नूं आखदे हां। प्रोग्राम के इस हिस्से में मेरा साथ देंगे भाई राम सिंह जी, जिहड़े कि रजाइना गुरुद्वारा साहब में सेवा निभा रहे हैं। गुरु ग्रंथ साहिब जी के उत्ते गुरु साहब सानूं की कह रहे हैं उस वास्ते गुरग्यान समुंदर सीरीज़ के आ के सांझ पाया करते हैं। कुदरत कवन कहां विचार वारे ना जावां एक वार, इस पौड़ी तक असी पिछले हफ्ते पहुँचे सी, सो इसी सफर में मुड़ तो जुड़ते हाँ। ਅਤੇ ਇਹ ਇੱਕ ਨਿਰੰਤਰ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਵਿੱਚ, ਕਿਉਂਕਿ ਸਮਾਂ ਜਿੰਨਾ ਸੀਮਤ ਹੁੰਦਾ ਹੈ ਉਸ ਵਿੱਚ ਕੋਸ਼ਿਸ਼ ਇਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਗਿਆਨ ਜੋ ਹੈ ਉਹ ਅਸੀਂ ਲੈ ਸਕੀਏ। ਪਰ ਜੇਕਰ ਕੋਈ ਇਸ ਦੇ ਵਿੱਚ ਐਡੀਸ਼ਨ ਕਰਨੀ ਹੋਏ ਤਾਂ ਤੁਹਾਡੇ ਕੋਲ ਸਵਾਲ ਹੋਏ ਤਾਂ ਜ਼ਰੂਰ ਪਹੁੰਚ ਕਰਿਆ ਕਰੋ, ਕਿਉਂਕਿ ਸਾਰੇ ਰਲ ਮਿਲ ਕੇ ਇਹ ਜੋ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਕਿ ਅਸੀਂ ਇਹ ਪ੍ਰੋਜੈਕਟ, ਕਿਉਂਕਿ ਬਹੁਤ ਲੰਬਾ ਪ੍ਰੋਜੈਕਟ ਇਹ ਹੋਏਗਾ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ, ਅਤੇ ਇਸ ਕਰਕੇ ਖਾਸ ਤੌਰ 'ਤੇ ਰੋਜ਼ਮਰਾ ਜ਼ਿੰਦਗੀ ਵਿੱਚ ਕਿਵੇਂ ਇਸ ਨੂੰ ਰਿਲੇਟ ਕਰਨਾ ਹੈ ਵਿਦ ਐਗਜ਼ਾਮਪਲਸ, ਉਸ ਵਾਸਤੇ ਭਾਈ ਸਾਹਿਬ ਬਹੁਤ ਠਰੰਮੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਮੁੜ ਤੋਂ ਜੁੜਦੇ ਹਾਂ ਅਤੇ ਆਰਾਮ ਨਾਲ ਸਰਵਨ ਕਰਦੇ ਹਾਂ ਭਾਈ ਰਾਮ ਸਿੰਘ ਜੀ ਨੂੰ। ਭਾਈ ਸਾਹਿਬ ਜੈ ਐਨ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈਗੀ ਹੈ ਜੀ, ਅਥਾਹ ਸਮੁੰਦਰ ਹੈਗਾ, ਜਿੰਨਾ ਤੁਸੀਂ, ਜਿੰਨਾ ਤੁਹਾਡਾ ਐਕਸਪੀਰੀਅੰਸ ਹੈ, ਜਿੰਨਾ ਤੁਸੀਂ ਡੀਪ ਜਾਣਾ ਚਾਹੋ ਜਾ ਸਕਦੇ ਹੋ। ਸੋ ਅਸੀਂ ਤਾਂ ਜਿਹਨੂੰ ਕਹਿੰਦੇ ਜੀ ਅਸੀਂ ਸਿਰਫ ਸਵਿਮਿੰਗ ਕਰਨ ਦੀ ਹੀ ਕੋਸ਼ਿਸ਼ ਕਰ ਰਹੇ ਹਾਂ, ਜੇ ਡੀਪ ਤਾਂ ਅੱਗੇ ਅੱਗੇ ਕੋਸ਼ਿਸ਼ ਕਰਾਂਗੇ ਜਾਣ ਦੀ। ਪਰ ਜਿਹੜੀ ਤੁਸੀਂ ਫਾਊਂਡੇਸ਼ਨ ਲੇ ਕੀਤੀ ਉਸ ਵਿੱਚ ਤਾਂ ਹੁਣ ਤੱਕ ਇਹੀ ਗੱਲ ਆਉਂਦੀ ਹੈ ਕਿ ਆਪਣੀ ਸੋਚ ਨੂੰ ਅਸੀਂ ਵਿਸ਼ਾਲ ਕਰੀਏ, ਕਿਉਂਕਿ ਸੋਚ ਨੂੰ ਵਿਕਸਿਤ ਨਹੀਂ ਕਰਾਂਗੇ ਤਾਂ ਅਸੀਂ ਸਿਰਫ ਸੀਮਤ ਰਹਿ ਜਾਵਾਂਗੇ। ਇਹੀ ਤੁਸੀਂ ਪਿਛਲੇ ਹਫ਼ਤੇ ਗੱਲ ਕਰ ਰਹੇ ਸੀ। ਹੁਣ ਕੁਦਰਤ ਦਾ ਬੇਅੰਤ ਹੈਗੀ ਹੈ, ਕੁਦਰਤ ਕਮਨ ਕਹਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ, ਇਸ ਬਾਣੀ ਦੀ ਤੁੱਕ ਨੂੰ ਜੋ ਤੁਸੀਂ ਪੜ੍ਹਦੇ ਹਾਂ ਇਸ ਤੋਂ ਅਸੀਂ ਕੀ ਗ੍ਰਹਿਣ ਕਰਨਾ ਹੈ, ਕੀ ਸਮਝਣਾ ਹੈ ਅਤੇ ਕਿਸ ਤਰ੍ਹਾਂ ਇਸ ਨੂੰ ਆਪਣੇ ਜੀਵਨ ਵਿੱਚ ਅਸੀਂ ਲਾਗੂ ਕਰਨਾ ਹੈ? ਹਾਂਜੀ ਵਿਦਿਆ, ਤਕਰੀਬਨ 16ਵਾਂ 17ਵਾਂ 18ਵਾਂ 19ਵਾਂ ਜੀ ਚਾਰਾਂ ਪਦਿਆਂ ਦੇ ਵਿੱਚ ਅਖੀਰ 'ਤੇ ਇਹ ਪੰਕਤੀਆਂ ਵਰਤੀਆਂ ਗਈਆਂ ਜੀ। ਦੋ ਛੋਟੀਆਂ ਜਿਹੀਆਂ ਉਦਾਹਰਨਾਂ ਮੈਂ ਦੇਣੀਆਂ ਚਾਹਾਂਗਾ ਤਾਂ ਕਿ ਗੱਲ ਸੌਖੀ ਸਮਝ ਆ ਜਾਵੇ ਜੀ। ਆਪਾਂ ਗੱਡੀ ਡਰਾਈਵ ਕਰਦੇ ਹਾਂ, ਹੁਣ ਇੱਕ ਤਾਂ ਗੱਡੀ ਦੇ ਵਿੱਚ ਪਿੱਛੇ ਦੇਖਣ ਵਾਸਤੇ ਸ਼ੀਸ਼ਾ ਲੱਗਿਆ ਹੋਇਆ, ਇੱਕ ਨਹੀਂ ਤਿੰਨ, ਰਾਈਟ ਲੈਫਟ ਸਾਈਡ ਰਾਈਟ ਰਾਈਟ ਸਾਈਡ ਵਿਚਕਾਰ, ਇੱਕ ਅੱਗੇ ਦੇਖਣ ਵਾਸਤੇ ਹੈ, ਇੱਕੋ ਹੀ ਹੈ ਪਰ ਬਹੁਤ ਵੱਡਾ ਜੀ, ਪਿੱਛੇ ਦੇਖਣ ਵਾਸਤੇ ਛੋਟੇ ਛੋਟੇ ਨੇ। ਇੱਕ ਹੈ ਕਿ ਜੋ ਬਲਾਈਂਡ ਸਪੋਟ ਹੈ ਉਹ ਚੈੱਕ ਕਰਨਾ ਤਾਂ ਸੋਲਜਰ ਚੈੱਕ ਕਰੋ ਠੀਕ। ਇਹਦਾ ਮਤਲਬ ਜ਼ਿੰਦਗੀ ਦੇ ਵਿੱਚ ਵੀ ਤੁਹਾਡਾ ਜਿਹੜਾ ਵਿਜ਼ਨ ਹੈ ਉਹ ਤੁਹਾਨੂੰ ਵੱਡੀ ਸੋਚ ਦੇ ਸ਼ੀਸ਼ੇ ਵਿੱਚੋਂ ਹੀ ਦੇਖਣਾ ਪਵੇਗਾ ਠੀਕ। ਪਹਿਲੀ ਉਦਾਹਰਣ। ਦੂਸਰੀ ਉਦਾਹਰਣ, ਇੱਕ ਫਿਲੋਸਫਰ ਨੇ ਲਿਖਿਆ ਹੈ, ਉਹਨੇ ਇੱਦਾਂ ਉਦਾਹਰਣ ਦਿੱਤੀ ਹੈ ਕਿ ਕੋਈ ਤੁਸੀਂ ਮੋਬਾਈਲ ਫੋਨ ਹੈ ਆਪਣੇ ਹੱਥ 'ਚ ਫੜੋ ਅਤੇ ਉਹਨੂੰ ਆਪਣੀਆਂ ਅੱਖਾਂ ਦੇ ਬਿਲਕੁਲ ਨੇੜੇ ਕਰ ਲਓ ਜੀ, ਉਹ ਹੈ ਤਾਂ 2-4 ਇੰਚ ਦਾ ਪਰ ਉਹਨੇ ਆਪਣੇ ਪਿੱਛੇ ਬਹੁਤ ਵੱਡੀ ਤਸਵੀਰ ਛੁਪਾ ਲਈ ਠੀਕ। ਉਸਨੂੰ ਦੂਰ ਕਰੋ ਤਾਂ ਉਹ ਆਪਣੀ ਉਨੀ ਕੁ ਪਿਕਚਰ 'ਚ ਪਾਏਗਾ, ਪਿੱਛੋਂ ਵੱਡੀ ਪਿਕਚਰ ਦਿਸ ਗਈ ਜੀ। ਅਸੀਂ ਕਈ ਵਾਰੀ ਛੋਟੇ ਛੋਟੇ ਮਸਲਿਆਂ ਨੂੰ, ਛੋਟੇ ਛੋਟੇ ਡਿਫਰੈਂਸਿਸ ਨੂੰ ਬਹੁਤ ਵੱਡਾ ਕਰ ਲੈਂਦੇ, ਵੱਡਾ ਸਮਝ ਕੇ ਆਪਣੇ ਨੇੜੇ ਲਿਆ ਕੇ ਉਹ ਵੱਡੀ ਪਿਕਚਰ ਤੋਂ ਵਾਂਝੇ ਰਹਿ ਜਾਂਦੇ ਜੀ। ਉਸ ਨੂੰ ਉਹ ਤੋਂ ਬਚਣ ਵਾਸਤੇ ਕਹਿ ਲਓ ਜਾਂ ਉਹਦੇ ਬਾਵਜੂਦ ਵੀ ਅੱਗੇ ਵਧਣ ਵਾਸਤੇ, ਤਾਂ ਤੁਸੀਂ ਇੱਕ ਵੱਡੀ ਪਿਕਚਰ ਦੇਖਣੀ ਸ਼ੁਰੂ ਕਰੋ। ਉਹ ਵੱਡੀ ਪਿਕਚਰ ਕੀ ਹੈ? ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੀ। ਇਹ ਗੱਲ ਮੈਂ ਹੋਰ ਕਹਿਣੀ ਚਾਹਾਂਗਾ, ਵਿਧੀ ਜਿਹੜੀ ਗੁਰਬਾਣੀ ਦਾ ਵਿਸ਼ਾ ਹੈ, ਜਦੋਂ ਗੁਰੂ ਸਾਹਿਬ ਆਪ ਬਾਣੀ ਉਚਾਰਨ ਕਰਦੇ ਸੀ ਤਾਂ ਗੁਰੂ ਸਾਹਿਬ ਵੀ, ਜਦੋਂ ਸਿੱਖ ਪੜ੍ਹੇਗਾ ਸਿੱਖ ਵੀ, ਉਹਨੂੰ ਵਾਹਿਗੁਰੂ ਦੇ ਪਿਆਰ ਵਿੱਚ ਭੇਜਣਾ ਪਵੇਗਾ। ਜੇ ਵਾਹਿਗੁਰੂ ਦੇ ਪਿਆਰ ਵਿੱਚ ਭੇਜਾਂਗੇ ਤਾਂ ਫਿਰ ਇਹ ਸਾਰੀ ਕੁਦਰਤ ਉਹਦਾ ਘਰ ਹੈ। ਇਹਦਾ ਮਤਲਬ ਆਹ ਤਾਂ ਇੱਕ ਆਮ ਬੇਸਿਕ ਜਿਹਾ ਮੈਨਰ ਹੈ ਕਿ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਅਸੀਂ ਉਹਦੀ ਭਾਵਨਾ ਦਾ ਪੂਰਾ ਖਿਆਲ ਰੱਖਦੇ ਹਾਂ ਜੀ। ਉਹ ਸਾਹਮਣੇ ਵਾਲਾ ਕਹਿੰਦਾ ਵੀ ਆਪਾਂ ਜੀ ਲਿਵਿੰਗ ਰੂਮ 'ਚ ਬੈਠਦੇ ਹਾਂ, ਕਦੇ ਇੱਦਾਂ ਥੋੜ੍ਹੀ ਹੁੰਦਾ ਕਿ ਅਸੀਂ ਉਹਨੂੰ ਕਹੀਏ ਨਹੀਂ ਨਹੀਂ ਮੈਂ ਤਾਂ ਤੁਹਾਡੇ ਬੈਡਰੂਮ 'ਚ ਹੀ ਬੈਠਾਂਗਾ, ਮੈਂ ਤਾਂ ਤੁਹਾਡੇ ਡਾਇਨਿੰਗ ਟੇਬਲ ਦੇ ਉੱਪਰ ਚੜ੍ਹ ਕੇ ਬੈਠਾਂਗਾ। ਰਾਈਟ, ਸਾਡਾ ਮਨ ਕੀ ਕਹਿੰਦਾ, ਸਾਡੀ ਇੱਛਾ ਕੀ ਹੈ, ਇੱਕ ਪਾਸੇ ਰੱਖੋ ਜਿਹਦੇ ਘਰ ਵਿੱਚ ਅਸੀਂ ਵਿਚਰ ਰਹੇ ਹਾਂ ਉਹਦੇ ਉਹਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖੀਏ ਜੀ। ਇਹਦਾ ਮਤਲਬ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਣਾਈ ਇਹ ਕੁਦਰਤ ਸਾਡਾ ਘਰ ਹੈ, ਇਸ ਵਿੱਚ ਅਸੀਂ ਜ਼ਿੰਦਗੀ ਜਿਉ ਰਹੇ ਹਾਂ ਅਤੇ ਉਹ ਕੁਦਰਤ ਬੇਅੰਤ ਵੀ ਹੈ। ਕੁਦਰਤ ਕਵਣ ਕਹਾਂ ਵਿਚਾਰ, ਉਹਦੀ ਵਿਚਾਰ ਅਸੀਂ ਕਿੱਥੇ ਕਰ ਸਕਦੇ, ਵਾਰਿਆ ਨਾ ਜਾਵਾਂ ਇੱਕ ਵਾਰ ਜੀ। ਜਿਸ ਕੁਦਰਤ ਤੋਂ ਸਾਨੂੰ ਸਭ ਕੁਛ ਮਿਲ ਰਿਹਾ,
ਉਸ ਤੋਂ ਬਲਿਹਾਰ ਜਾਣਾ ਅਤੇ ਅਸੀਂ ਇੱਕ ਵਾਰੀ ਵੀ ਬਲਿਹਾਰ ਨਹੀਂ ਜਾ ਸਕਦੇ ਜੀ। ਜੋ ਤੁਧ ਭਾਵ ਹੈ ਸਾਈ ਭਲੀ, ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਦਾ ਸਲਾਮਤ ਉਹ ਹਰ ਵੇਲੇ ਹੈ, ਓਮਨੀ ਪ੍ਰੈਜੈਂਟ। ਨਿਰੰਕਾਰ ਉਹ ਦ੍ਰਿਸ਼ਟਮਾਨ ਨਹੀਂ ਹੈ, ਦਿਖਾਈ ਨਹੀਂ ਦਿੰਦੇ, ਮਹਿਸੂਸ ਹੋਣਗੇ, ਅੰਦਰ ਮਹਿਸੂਸ ਕੀਤਾ ਜਾ ਸਕਦਾ, ਫੀਲ ਕੀਤਾ ਜਾ ਸਕਦਾ। ਤਾਂ ਜੋ ਤੁਧ ਭਾਵ ਹੈ, ਇਹਦਾ ਮਤਲਬ ਸਾਡੀ ਜ਼ਿੰਦਗੀ ਦਾ ਕੁਛ ਐਸਾ ਹਿੱਸਾ ਹੈ ਜਿਹੜਾ ਰੱਬ ਨੂੰ ਚੰਗਾ ਲੱਗਦਾ, ਉਹ ਗੁਰਬਾਣੀ ਨੇ ਸਿਖਾਇਆ ਜੀ। ਮਿੱਠੇ ਬੋਲ ਨੇ, ਨਿਮਰਤਾ ਵਾਲਾ ਜੀਵਨ ਹੈ, ਸਬਰ ਸੰਤੋਖ ਵਾਲਾ ਜੀਵਨ ਹੈ, ਸੰਜਮੀ ਜੀਵਨ ਹੈ, ਇਹ ਜਿੰਨੇ ਗੁਣ ਨੇ ਇਹ ਰੱਬ ਨੂੰ ਚੰਗੇ ਲੱਗਦੇ ਨੇ, ਕਿਉਂਕਿ ਗੁਣਾਂ ਦਾ ਖਜ਼ਾਨਾ ਜੀ। ਹੁਣ ਇੱਕ ਪਾਸੇ ਤਾਂ ਉਸ ਕੁਦਰਤ ਤੋਂ ਬਲਿਹਾਰ ਜਾਣ ਵਾਸਤੇ ਇੱਕ ਵੱਡੀ ਪਿਕਚਰ ਦਿਖਾਤੀ, ਦੂਸਰੇ ਪਾਸੇ ਅਸੀਂ ਉਲਝਦੇ ਕਿੱਥੇ ਹਾਂ? ਅਗਲੇ ਪਦਿਆਂ ਵਿੱਚ ਸਾਨੂੰ ਉਹਨਾਂ ਛੋਟੇ ਛੋਟੇ ਇਸ਼ੂਜ਼ ਜਾਂ ਛੋਟੇ ਛੋਟੇ ਡਿਫਰੈਂਸਿਸ, ਉਹਨਾਂ ਤੋਂ ਸੁਰਤ ਉੱਪਰ ਕਿਵੇਂ ਉੱਠੇ ਜੀ। ਇੱਥੇ ਮੇਰੇ ਇੱਕ ਹੋਰ ਜਾਂ ਸੋਹਣੇ ਵਿਚਾਰਾਂ ਕਰਦੇ ਮਨ 'ਚ ਖਿਆਲ ਆਇਆ, ਜਦੋਂ ਆਪਾਂ ਬਾਏ ਏਅਰ ਟਰੈਵਲਿੰਗ ਕਰਦੇ ਹਾਂ ਜੀ, ਤਾਂ ਜਦੋਂ ਜਹਾਜ਼ ਲੈਂਡ ਕਰਨ ਦੇ ਨੇੜੇ ਆ ਗਿਆ ਹੁੰਦਾ, ਹੇਠਾਂ ਦਿਸ ਰਿਹਾ ਹੁੰਦਾ ਕਾਫੀ ਕੁਛ, ਜਾਂ ਜਦੋਂ ਟੇਕ ਆਫ ਹੋ ਰਿਹਾ ਉਸ ਵੇਲੇ ਦਿਸ ਰਿਹਾ ਹੁੰਦਾ ਵਿੰਡੋ ਸ਼ੀਟ 'ਤੇ ਬੈਠਿਆ ਜੀ, ਤਾਂ ਉੱਪਰੋਂ ਸਾਨੂੰ ਇਹ ਨਹੀਂ ਦਿਸਦਾ ਕਿ ਆ ਅਮਰੂਦ ਕਿੱਥੇ ਲੱਗਿਆ ਹੋਇਆ, ਉਹ ਸੇਬ ਕਿੱਥੇ ਲੱਗਿਆ ਹੋਇਆ, ਉਹ ਫੁੱਲ ਕਿੱਥੇ ਲੱਗਿਆ, ਪੱਤਾ ਕਿੱਥੇ ਲੱਗਿਆ, ਨਹੀਂ ਉੱਤੋਂ ਤਾਂ ਹਰਿਆਵਲੀ ਦਿਸਦੀ ਹੈ ਠੀਕ। ਇਹਦਾ ਮਤਲਬ ਜੇ ਵੱਡੀ ਪਿਕਚਰ ਦੇਖੀ ਤਾਂ ਹਰਿਆਵਲੀ ਦਿਸੀ ਹੈ ਨਾ, ਉੱਥੇ ਇਹ ਥੋੜ੍ਹੀ ਦਿਸਦਾ ਵੀ ਇੱਥੇ ਪੱਥਰ ਇਹਦਾ ਕਿੱਡਾ ਕੁ ਹੈ, ਇੱਥੇ ਪਹਾੜ ਦਾ ਬੱਟੀਆਂ ਕਿੱਡੀਆਂ ਕਿ ਨੇ, ਉੱਤੋਂ ਤਾਂ ਪਹਾੜ ਹੀ ਦਿਸਦਾ ਸਾਰਾ। ਇਹਦਾ ਮਤਲਬ ਵੱਡੀ ਸੋਚ ਹੋ ਗਈ। ਇਸੇ ਤਰ੍ਹਾਂ ਜਦੋਂ ਵੱਡੀ ਸੋਚ ਕਰਕੇ ਦੇਖਾਂਗੇ ਤਾਂ ਜਿਹੜੇ ਇਸ਼ੂਜ਼ ਸਾਨੂੰ ਲੱਗਦਾ ਹੈ ਕਿ ਇਹ ਡਿਫਰੈਂਸਿਸ ਨੇ ਜਾਂ ਇਹ ਝਗੜੇ ਦੇ ਕਾਰਨ ਨੇ, ਪਤਾ ਲੱਗਦਾ ਝਗੜੇ ਦੇ ਕਾਰਨ ਉਹ ਨਹੀਂ ਹੈ, ਸਾਡੀ ਅੰਦਰਲੀ ਸੋਚ ਹੈ। ਉਹਨੂੰ ਦੇਖੋ ਕਿਸ ਤਰੀਕੇ ਨਾਲ ਗੁਰੂ ਸਾਹਿਬ ਉੱਪਰ ਚੱਕ ਰਹੇ ਨੇ। ਹੁਣ 17ਵੇਂ ਪਦੇ ਨੂੰ ਧਿਆਨ ਨਾਲ ਅਸੀਂ ਦੇਖੀਏ ਤਾਂ ਚੰਗੇ ਕੰਮਾਂ 'ਤੇ ਵੀ ਤਕਰਾਰ ਚੱਲਦੇ ਨੇ ਔਰ ਚੱਲਦੇ ਰਹੇ ਨੇ ਠੀਕ ਠੀਕ ਹੈ। ਉਹਨਾਂ 'ਚੋਂ ਕੁਛ ਜਿਹੜੇ ਉਹਨੂੰ ਆਪਾਂ ਗਿਣ ਕੇ ਦੇਖੀਏ, ਇਹਦੇ 'ਚੋਂ ਇੱਥੇ ਸ਼ਬਦ ਵਰਤੇ ਅਸੰਖ ਜਪ ਜੀ। ਰੱਬ ਦਾ ਜਪ ਕਰਨਾ ਸਤਿਗੁਰੂ ਜੀ ਕਹਿੰਦੇ ਬੇਅੰਤ ਤਰੀਕੇ ਨੇ। ਜੇ ਬੇਅੰਤ ਤਰੀਕੇ ਨੇ ਫਿਰ ਜਪਣ ਦੇ ਤਰੀਕਿਆਂ 'ਤੇ ਤਕਰਾਰ ਕਿਉਂ? ਜਪਣ ਦੇ ਤਰੀਕਿਆਂ ਦੇ ਉੱਪਰ ਬਹਿਸਬਾਜ਼ੀਆਂ ਨਹੀਂ ਹੋਣੀਆਂ ਚਾਹੀਦੀਆਂ ਠੀਕ ਠੀਕ ਹੈ। ਜਿਵੇਂ ਰੋਟੀ ਖਾਣ ਦੇ ਵੱਖ ਤਰੀਕੇ ਨੇ, ਕੱਪੜੇ ਪਹਿਨਣ ਦੇ ਵੱਖ ਤਰੀਕੇ ਨੇ, ਸੌਣ ਦੇ ਵੱਖ ਤਰੀਕੇ ਨੇ, ਪਹਿਣ ਦੇ ਵੱਖ ਤਰੀਕੇ, ਕਦੀ ਲੜਾਈ ਨਹੀਂ ਹੋਈ। ਚਮਚਾ ਚੁੱਕਣਾ ਕਿਵੇਂ ਚੁੱਕਣਾ ਵੱਖ ਤਰੀਕੇ ਨੇ, ਬਰਤਨ ਕਿਵੇਂ ਰੱਖਣੇ ਆਪਣੇ ਆਪਣੇ ਤਰੀਕੇ ਨੇ, ਜਪ ਕਰਨ ਦੇ ਅਣਗਿਣਤ ਤਰੀਕੇ ਨੇ ਜੀ। ਤਕਰਾਰ ਕਿੱਥੇ ਪੈਦਾ ਹੁੰਦਾ ਹੈ? ਮਨੁੱਖ ਕਹਿੰਦਾ ਜੋ ਮੇਰਾ ਤਰੀਕਾ ਹੈ ਨਾ ਉਹੀ ਸਹੀ ਹੈ, ਉਹ ਸਹੀ ਹੈ ਅਤੇ ਦੂਜੇ ਇਸ ਤੋਂ ਉਲਟ ਕਿਉਂ ਕਰਦੇ ਨੇ, ਇਸ ਤੋਂ ਇੱਧਰ ਉੱਧਰ ਕਿਉਂ ਕਰਦੇ ਨੇ? ਤਾਂ ਵੱਡੀ ਸੋਚ ਬਣਾਈਏ ਅਸੀਂ, ਕਿਸੇ ਦਾ ਜਪ ਕਰਨ ਦਾ ਤਰੀਕਾ ਕੋਈ ਹੈ, ਕਿਸੇ ਦਾ ਕੋਈ ਹੈ। ਹਾਂ, ਇੱਕ ਦੂਸਰੇ ਨਾਲ ਡਿਸਕਸ ਕਰਨੀ ਹੈ, ਵੱਖਰੀ ਗੱਲ ਹੈ ਵੀ ਤੇਰਾ ਜਪ ਕਰਨ ਦਾ ਤਰੀਕਾ ਹੈ, ਮੈਂ ਜੋ ਕੁਛ ਸਿੱਖਣਾ ਚਾਹੁੰਦਾ ਹੈ, ਉਹ ਕਹਿੰਦਾ ਤੇਰਾ ਤਰੀਕਾ ਮੈਂ ਸਿੱਖਣਾ ਚਾਹੁੰਦਾ, ਤਾਂ ਗੱਲ ਵੱਖਰੀ ਹੈ ਠੀਕ। ਜੇ ਡੋਮੀਨੇਟ ਕਰਨਾ ਤੂੰ ਗਲਤ ਹੈ, ਉਹ ਕਹਿੰਦਾ ਤੂੰ ਗਲਤ ਹੈ, ਤਾਂ ਫਿਰ ਉਹਦੀ ਕੁਦਰਤ ਦੇ ਵਿੱਚ ਤਾਂ ਅਣਗਿਣਤ ਤਰੀਕੇ ਨੇ, ਬੇਅੰਤ ਜਪ ਦੇ ਤਰੀਕੇ ਨੇ, ਸੋਚ ਵੱਡੀ ਕਰ। ਰਾਈਟ, ਅਸੰਖ ਜਪ, ਅਸੰਖ ਭਾਉ। ਹੁਣ ਰੱਬ ਨੂੰ ਪਿਆਰ ਕਰਨ ਦੇ ਤਰੀਕੇ ਵੀ ਵੱਖਰੇ ਨੇ ਜੀ, ਕੋਈ ਕਿਸੇ ਤਰੀਕੇ ਨਾਲ ਕਰ ਰਿਹਾ, ਕੋਈ ਕਿਸੇ ਤਰੀਕੇ ਨਾਲ ਕਰ ਰਿਹਾ। ਗੁਰਬਾਣੀ ਨੂੰ ਪਿਆਰ ਕਰਨ ਦੇ ਤਰੀਕੇ ਵੱਖਰੇ ਨੇ, ਗੁਰਮਤ ਨੂੰ ਪਿਆਰ ਕਰਨ ਦੇ ਤਰੀਕੇ ਵੱਖਰੇ ਨੇ। ਤਾਂ ਇਹਨਾਂ ਤਰੀਕਿਆਂ ਦੇ ਉੱਪਰ ਬਹਿਸਬਾਜ਼ੀਆਂ ਛੋਟੀ ਸੋਚ ਵਿੱਚੋਂ ਨਿਕਲਦੀਆਂ ਨੇ। ਜੇ ਅਸੀਂ ਇਹ ਮੰਨ ਲਈਏ ਮੈਂ ਜਿਸ ਕੁਦਰਤ ਦਾ ਹਿੱਸਾ, ਕੁਦਰਤ ਬੇਅੰਤ ਹੈ, ਉਸ ਬੇਅੰਤ ਦੇ ਹਿੱਸੇ ਦੇ ਵਿੱਚ ਮੇਰਾ ਇੱਕ ਕਿਣਕਾ ਮਾਤਰ, ਮੇਰਾ ਆਪਣਾ ਸਟਾਈਲ ਹੈ। ਬਿਲਕੁਲ, ਹਾਲੇ ਤਾਂ ਵੀਰ ਜੀ ਅਸੀਂ ਆਪਣੇ ਹੀ ਸਿਸਟਮ 'ਚ ਉਲਝੀ ਜਾ ਰਹੇ ਹਾਂ, ਆਪਣਿਆਂ ਨਾਲ ਹੀ ਉਲਝੀ ਜਾ ਰਹੇ ਹਾਂ। ਰਾਈਟ, ਜਦੋਂ ਅਸੀਂ ਸਮੁੱਚੀ ਦੁਨੀਆਂ 'ਤੇ ਜਾ ਕੇ ਦੇਖਾਂਗੇ, ਬਿਲਕੁਲ, ਮੇਰਾ ਖਿਆਲ ਹੈ ਬਹੁਤ ਸਾਰੀਆਂ ਕੌਮਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਾ ਕੇ ਬੈਠ ਕੇ ਨਹੀਂ ਦੇਖਿਆ ਹਾਲੇ। ਬਿਲਕੁਲ, ਹੈ ਨਾ। ਕੇਨੀਆ ਦੇ ਵਿੱਚ ਨੈਰੋਬੀ ਦੇ ਅੰਦਰ ਉਹਨਾਂ ਦੇ ਇੱਕ ਕੈਟੇਗਰੀ ਹੈ, ਔਰ ਮੇਰਾ ਖਿਆਲ ਹੈ ਵੀ ਬਹੁਤਿਆਂ ਨੂੰ ਨਹੀਂ ਪਤਾ, ਜਿਹੜੇ ਵਿਚਾਰੇ ਉੱਥੋਂ ਨਾਲ ਸੰਬੰਧਿਤ ਆ ਉਹ ਜਾਣਦੇ ਨੇ ਸਾਰੇ। ਉਹ ਵੀਰ ਜੀ ਦਸਤਾਰ ਸਜਾਉਂਦੇ ਨੇ ਸਾਰੇ, ਔਰ ਉਹਨਾਂ ਦੀ ਅਫਰੀਕਨ ਹੈ। ਰਾਈਟ, ਉਹ ਦਸਤਾਰ ਸਜਾਉਂਦੇ ਨੇ, ਉਹਨਾਂ ਦਾ ਕਲਚਰ ਹੀ ਹੈ, ਉਹਨਾਂ ਦੀ ਆਪਣੀ ਇੱਕ ਕੈਟੇਗਰੀ ਹੈ। ਰਾਈਟ, ਅੱਛਾ, ਉਹ ਹੁਣ ਜਦੋਂ ਰੱਬ ਨੂੰ ਪਿਆਰ ਕਰਦੇ, ਹੁਣ ਤੁਹਾਡੇ ਆਪਣੇ ਸਰੀ ਜਦੋਂ ਨਗਰ ਕੀਰਤਨ ਹੋਇਆ ਆ 2018 ਦਾ,
ਤਾਂ ਸ੍ਰੀਨਗਰ ਕੀਰਤਨ ਦੇ ਵਿੱਚ ਜਿਹੜੇ ਫਸਟ ਨੇਸ਼ਨ ਵਾਲੇ ਨੇ ਉਹਨਾਂ ਦੀ ਇੱਕ ਅਰਦਾਸ ਕਰਵਾਈ ਗਈ। ਠੀਕ, ਕਿੰਨਾ ਚੰਗਾ ਲੱਗ ਰਿਹਾ ਸੀ। ਐਬਸੋਲਿਊਟ। ਸੋ ਵਿਭਿੰਨਤਾ ਜਿਹੜੀ ਹੈਗੀ ਹੈ ਉਸ ਵਿੱਚੋਂ ਅਸੀਂ ਇਸ ਸਮਾਜ ਦੇ ਵਿੱਚ ਰਹਿੰਦੇ ਹੋਏ ਆਪਣੀ ਖੁਸ਼ਬੋ ਜਿਹੜੀ ਉਹ ਫੈਲਾਉਣੀ ਹੈ। ਹਾਂਜੀ, ਪਰ ਜੇਕਰ ਅਸੀਂ ਆਪਸ 'ਚ ਉਲਝੇ ਰਹਾਂਗੇ ਤਾਂ ਅਸੀਂ ਬਾਹਰ ਕਿਤੇ ਜਾਵਾਂਗੇ, ਜਿਸ ਤਰ੍ਹਾਂ ਤੁਸੀਂ ਕਿਹਾ। ਇਹ ਬਿਲਕੁਲ ਸਹੀ ਕਹਿ ਰਹੇ ਹੋ। ਇੱਕ ਲੈਣੇ ਬ੍ਰੇਕ, ਵਾਪਸ ਆਉਂਦੇ ਤਾਂ ਭਾਈ ਸਾਹਿਬ ਹੋਰ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਇਸ ਵਿਆਪਕ ਸੰਸਾਰ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਵਿਭਿੰਨ ਵਿਭਿੰਨ ਚੀਜ਼ਾਂ ਨੇ, ਉਹਦਾ ਅਸੀਂ ਆਨੰਦ ਲੈ ਕੇ ਆਪਣੀ ਵੀ ਖੁਸ਼ਬੋ ਦਈਏ ਅਤੇ ਦੂਸਰਿਆਂ ਦੀ ਵੀ ਖੁਸ਼ਬੋ ਨੂੰ ਸਮਝ ਸਕੀਏ। ਇਸ ਬ੍ਰੇਕ ਤੋਂ ਬਾਅਦ ਚਰਚਾ ਕਰਦੇ ਹਾਂ। ਅੱਜ ਕੱਲ੍ਹ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ। ਖਾਲੀ ਘਰ ਅਨਇਨਵਾਈਟਿੰਗ ਅਤੇ ਕੋਲਡ ਲੱਗਦਾ ਹੈ, ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ, ਕਲਰ ਅਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ। ਆਪਣੇ ਘਰ ਨੂੰ ਸੇਲ 'ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਅਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ, ਤਾਂ ਕਿ ਉਹ ਆਪਣੇ ਸਕਿੱਲਸ ਅਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡਾਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ। ਕਾਲ 6046576612 ਜਾਂ ਫਿਰ ਇਹਨਾਂ ਦੀ ਵੈਬਸਾਈਟ anelegantouch.ca ਤੇ ਜਾਓ। ਭਾਈ ਰਾਮ ਸਿੰਘ ਜੀ ਨਾਲ ਜੋ ਸਾਂਝ ਪਾ ਰਹੇ ਹਾਂ ਜੀ, ਬ੍ਰੇਕ ਤੋਂ ਪਹਿਲਾਂ ਭਾਈ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਸਾਨੂੰ ਆਪਣੀ ਵਿਸ਼ਾਲ ਸੋਚ ਕਰਨ ਲਈ ਆਪ ਯਤਨ ਕਰਨੇ ਪੈਣਗੇ। ਇਸ ਵਾਸਤੇ ਜਿੱਥੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਸਦਾ ਮਕਸਦ ਹੀ ਇਹ ਹੁੰਦਾ ਹੈ ਕਿ ਆਪਣੀ ਸੋਚ ਨੂੰ ਕਿਵੇਂ ਅਸੀਂ ਵਧਾ ਸਕੀਏ। ਪਰ ਅੱਜ ਅਫਸੋਸ ਨਾਲ ਇਹ ਕਹਿਣਾ ਪੈਂਦਾ ਕਿ ਅਸੀਂ ਲੋਕ ਬਜਾਏ ਕਿ ਉਸ ਗੁਰੂ ਦੀ ਸੋਚ ਨੂੰ ਸਮਝ ਕੇ ਆਪਣੇ ਜੀਵਨ 'ਚ ਲਾਗੂ ਕਰੀਏ ਅਤੇ ਆਪਣੀ ਸੋਚ ਨੂੰ ਵਧਾਈਏ ਜਾਂ ਇਸ ਨੂੰ ਵਿਸ਼ਾਲ ਰੂਪ ਇਖਤਿਆਰ ਰਖਵਾਈਏ, ਅਸੀਂ ਤਾਂ ਆਪਣੀ ਹੀ ਆਪਣੇ ਆਪ ਵਿੱਚ ਹੀ ਉਲਝ ਕੇ ਸਿਰਫ ਇਹੀ ਸਮਝਦੇ ਕਿ ਸਾਨੂੰ ਹੀ ਪਤਾ, ਬਾਕੀ ਕਿਸੇ ਹੋਰ ਨੂੰ ਨਹੀਂ ਪਤਾ, ਜਿਸ ਕਾਰਨ ਵਿਵਾਦ ਜਿਹੜੇ ਨੇ ਪੰਥ ਵਿੱਚ ਵੱਧਦੇ ਜਾ ਰਹੇ ਨੇ। ਅਗੇਨ ਆਓ ਜੁੜਦੇ ਹਾਂ ਅਤੇ ਭਾਈ ਸਾਹਿਬ ਦੀ ਜੋ ਇਹ ਜੀਵਨ ਦੇ ਵਿੱਚ ਇਹਨਾਂ ਨੇ ਇੱਕ ਮਿਸ਼ਨ ਅਡੋਪਟ ਕੀਤਾ ਹੋਇਆ ਕਿ ਸਿੱਖੀ ਦਾ ਪ੍ਰਚਾਰ ਕਿਸ ਤਰੀਕੇ ਨਾਲ ਰੋਜ਼ਮਰਾ ਜ਼ਿੰਦਗੀ 'ਤੇ ਲਾਗੂ ਕਰਨਾ ਹੈ, ਅਤੇ ਰਜਾਇਨਾ ਵਿੱਚ ਵੀ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ। ਉੱਥੇ ਛੋਟੇ ਬੱਚਿਆਂ ਦੇ ਕੈਂਪਸ ਤੋਂ ਲੈ ਕੇ ਵੱਡਿਆਂ ਤੱਕ ਇਹਨਾਂ ਨੇ ਇਨਵੋਲਵ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਇੱਕ ਸਾਂਝੀ ਵਾਲਤਾ ਦਾ ਜਿਹੜਾ ਮੈਸੇਜ ਮਿਲ ਰਿਹਾ ਉਸ ਨਾਲ ਕੀ ਅਸੀਂ ਸਬਕ ਸਿੱਖ ਸਕਦੇ ਹਾਂ ਅਤੇ ਗੁਰੂ ਸਾਹਿਬ ਕੀ ਕਹਿ ਰਹੇ ਨੇ, ਉਹ ਮੁੜ ਤੋਂ ਜੁੜਦੇ ਹਾਂ ਜੀ ਭਾਈ ਸਾਹਿਬ ਜੀ। ਸੋ ਤੁਸੀਂ ਕੁਦਰਤ ਕਵਨ ਕਹਾਂ ਵਿਚਾਰ ਦਾ ਜਿਹੜਾ ਚੱਕਰ ਅਸੀਂ ਗੱਲਬਾਤ ਕਰ ਰਹੇ ਸੀ, ਇਹ ਵਿਸ਼ਾਲਤਾ ਦਾ ਤੁਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ। ਹਾਂਜੀ 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 ਵੀਰ ਜੀ, ਉਹਦੇ ਸੀਗਾ ਦੇਖੋ ਫੁੱਲ ਦਾ ਅਲੱਗ ਅਲੱਗ ਰੰਗ ਹੈ, ਅਲੱਗ ਅਲੱਗ ਖੁਸ਼ਬੂ ਹੈ ਜੀ, ਠੀਕ ਹੈ। ਹਰ ਫੁੱਲ ਦੀ ਆਪਣੀ ਫਰੈਗਰੈਂਸ ਹੈ, ਆਪਣਾ ਰੰਗ ਹੈ ਜੀ। ਉਹ ਸਾਰੇ ਫੁੱਲ ਇੱਕ ਫਲਾਵਰ ਪੋਟ 'ਚ ਆ ਗਏ ਨੇ ਤਾਂ ਗੁਲਦਸਤਾ ਬਣ ਗਿਆ। ਬਿਲਕੁਲ। ਔਰੰਗਜ਼ੇਬ ਦੀ ਸੋਚ ਕੀ ਸੀ ਕਿ ਜੇ ਸਾਰੇ ਹੀ ਮੁਸਲਮਾਨ ਬਣ ਜਾਣਗੇ ਤਾਂ ਦੁਨੀਆਂ ਦੀ ਤਰੱਕੀ ਹੋਏਗੀ ਜੀ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋਚ ਕੀ ਸੀ, ਵੀ ਇੱਕ ਹਿੰਦੂ ਹੈ ਭਾਵੇਂ ਉਹਦੇ ਜਨੇਊ ਦੇ ਨਾਲ ਪਹਿਲੇ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਰੂਪ ਵਿੱਚ ਸਹਿਮਤ ਨਹੀਂ ਹੈ, ਠੀਕ, ਮੈਂ ਨਹੀਂ ਜਨੇਊ ਪਾਉਣਾ, ਮੈਂ ਤੇ ਦਇਆ ਸੰਤੋਖ ਸੰਤੋਖ ਬਿਲਕੁਲ ਇਹ ਇਸ ਗੁਣਾਂ ਨੂੰ ਸੂਤਰ ਮੰਨ ਰਿਹਾ। ਤਾਂ ਜਦੋਂ ਨੌਵੇਂ ਪਾਤਸ਼ਾਹ ਵੇਲੇ ਉਹਨਾਂ ਦਾ ਜਨੇਊ ਲਹਿੰਦਾ ਪਿਆ ਹੈ ਤੇ ਉੱਥੇ ਗੱਲ ਜ਼ੁਲਮ ਦੀ ਆ ਰਹੀ ਹੈ, ਬਿਲਕੁਲ, ਉਹ ਆਪਣਾ ਰੰਗ ਆਪਣੇ ਤੌਰ ਤੇ ਕਾਇਮ ਰੱਖਣ ਤਾਂ ਇੱਕ ਗੁਲਦਸਤਾ ਹੈ। ਹੁਣ ਇਹੀ ਇੱਕ ਕਿੰਨਾ ਵੱਡਾ ਤੁਸੀਂ ਇਗਜ਼ਾਮਪਲ ਦਿੱਤਾ, ਇੱਥੋਂ ਅਸੀਂ ਕਿੰਨਾ ਵੱਡਾ ਸਬਕ ਸਿੱਖ ਸਕਦੇ ਹਾਂ ਕਿ ਅਸੀਂ ਆਪਣੀ ਸੌੜੀ ਸੋਚ 'ਚੋਂ ਬਾਹਰ ਨਿਕਲ ਕੇ ਉਸ ਵਿਸ਼ਾਲਤਾ ਦਾ ਜਿਹੜਾ ਜ਼ਿਕਰ ਹੈਗਾ ਉਸ ਦੇ ਵਿੱਚ ਜੋ ਗੁਰੂ ਸਾਹਿਬ ਨੇ ਇਗਜ਼ਾਮਪਲ, ਅਸੀਂ ਇਹ ਰੋਜ਼ ਪੜ੍ਹਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਦੂਸਰਿਆਂ ਵਾਸਤੇ, ਪਰ ਅੱਜ ਅਸੀਂ ਉਸ ਸੋਚ ਤੋਂ ਲਾਗੂ ਨਹੀਂ ਕਰ ਸਕ ਰਹੇ ਜਿਸ ਕਾਰਨ ਇਹ ਵਿਵਾਦ ਬਣ ਰਹੇ ਨੇ, ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵਿਵਾਦਾਂ ਤੋਂ ਅਸੀਂ ਬਚੀਏ ਅਤੇ ਆਪਣੀ ਵਿਸ਼ਾਲ ਸੋਚ ਨੂੰ ਹੋਰ ਵੱਡਾ ਕਰੀਏ ਜੀ। ਦੇਖੋ ਵੀ ਜੀ, ਹਿੰਦੁਸਤਾਨ ਦੇ ਵਿੱਚ ਅੱਜ ਸਿਸਟਮ ਕਿਉਂ ਗੜਬੜਾ ਰਿਹਾ ਜੀ, ਕਿਉਂਕਿ ਉੱਥੇ ਮੈਜ਼ਾਰਟੀ ਮਿਨਾਰਟੀ ਨੂੰ ਦਬਾਉਣਾ ਚਾਹੁੰਦੀ ਹੈ। ਇੱਥੇ ਕਿਉਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ? ਕੱਲ੍ਹ ਜਦੋਂ ਮੈਂ ਏਅਰਪੋਰਟ 'ਤੇ ਚੜ੍ਹਨ ਲੱਗਿਆ ਅਤੇ ਜਦੋਂ ਕਿਰਪਾਨ ਦਾ ਅਤੇ ਮੇਰੇ ਇੱਥੇ ਗਾਤਰੇ ਦੇ ਉਹ ਥੋੜ੍ਹਾ ਕਿਉਂਕਿ ਐਡਜਸਟ ਕਰਨ ਵਾਸਤੇ ਲੱਗਿਆ, ਉੱਥੋਂ ਟੀਮ ਦੇ ਨੇ ਬੋਲਿਆ ਤਾਂ ਉਹਨੇ ਇੱਦਾਂ ਚੈੱਕ ਕੀਤੀ ਹੈ ਨਾ। ਉਸ ਤੋਂ ਬਾਅਦ ਉਹ ਕਹਿਣ ਲੱਗੇ ਵੀ ਸਾਨੂੰ ਥੋੜ੍ਹਾ ਵਿੱਚੋਂ ਕੱਢ ਕੇ, ਕਿਉਂਕਿ ਉਹ 6 ਸੈਂਟੀਮੀਟਰ ਉਹਨਾਂ ਨੇ ਪਹਿਲਾਂ ਲਿਆ ਦਿਖਾਇਆ ਅਤੇ ਉਹ ਮੈਨੂੰ ਐਕਸਪਲੇਨ ਕਰ ਰਿਹਾ ਵੀ ਇਹ ਓਕੇ ਹੈ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਉਹ ਸਾਡੀ ਕਿਰਪਾਨ ਨੂੰ ਵੀ ਉਹਨਾਂ ਐਕਸੈਪਟ ਕਰ ਲਿਆ, ਇਹਦਾ ਮਤਲਬ ਉਹਨਾਂ ਦੀ ਵੱਡੀ ਸੋਚ ਹੈ। ਹਾਲਾਂਕਿ ਬਹੁਤ ਸਾਰੇ ਗੋਰਿਆਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ, ਉਹਨਾਂ ਨੂੰ ਲੱਗਦਾ ਵੀ ਨਾਈਫ ਹੈ। ਇਹਦਾ ਮਤਲਬ ਇਹ ਦੇਸ਼ ਕਿਉਂ ਤਰੱਕੀ ਕਰ ਰਹੇ ਨੇ? ਕਿਉਂਕਿ ਹਰ ਦਾ ਆਪਣਾ ਇੱਕ ਰੰਗ ਹੈ ਜੀ। ਪਿੱਛੇ ਸਸਕਾ ਟੂਨ ਦੇ ਵਿੱਚ ਨਗਰ ਕੀਰਤਨ ਸੀ ਸਾਡੇ ਜੀ, ਅਤੇ ਮੈਨੂੰ ਵੀ ਉਹਨਾਂ ਨੇ ਸਪੈਸ਼ਲ ਬੁਲਾਇਆ, ਅਤੇ ਸਾਡੇ ਗੁਰੂ ਗਿਆਨ ਜਿਹੜੀ ਪ੍ਰਚਾਰ ਲਹਿਰ ਰਜਾਇਨਾ ਤੋਂ ਚੱਲੀ ਹੈ, ਸਾਡਾ ਆਪਣਾ ਇੱਕ ਫਲੋਟ ਗੁਰੂ ਗਿਆਨ ਪ੍ਰਚਾਰ ਲਹਿਰ ਦਾ ਉਹ ਨਾਲ ਨਾਲ ਜਾ ਰਿਹਾ ਸੀ ਨਗਰ ਕੀਰਤਨ ਸਸਕਾ ਟੂਨ 'ਚ। ਅਮਰਜੀਤ ਸਿੰਘ ਸੋਹੀ ਕੈਬਨਿਟ ਮਿਨਿਸਟਰ ਇਹ ਵੀ ਆਏ ਹੋਏ ਸਨ, ਤਾਂ ਉੱਥੇ ਜਿਹੜੇ ਫਸਟ ਨੇਸ਼ਨ ਦੇ ਰੀਪ੍ਰਜੈਂਟੇਟਿਵ ਨੇ ਸਸਕੈਚ ਬਣਦੇ,
ਉਹ ਮੈਨੂੰ ਮਿਲੇ, ਬਹੁਤ ਖੁਸ਼ ਹੋਏ। ਹੁਣ ਉਹਨਾਂ ਦਾ ਕੱਲ੍ਹ ਹੀ ਮੈਸੇਜ ਆਇਆ ਵੀ ਤੁਸੀਂ ਕਦੋਂ ਸਸਕਾਟੂਨ ਆ ਰਹੇ ਹੋ, ਆਪਾਂ ਕੌਫੀ ਵਾਸਤੇ ਬੈਠੀਏ, ਵਿਚਾਰਾਂ ਕਰੀਏ। ਉਹ ਕਾਫੀ ਕੁਛ ਕਰ ਰਹੇ ਨੇ, ਸੋਸਾਇਟੀ ਵਾਸਤੇ ਕਰ ਰਹੇ ਨੇ। ਉਹ ਲੋਕ ਸਾਡੀਆਂ ਆਪਣੇ ਸਾਰੇ ਸਿਸਟਮ ਨੂੰ ਐਕਸੈਪਟ ਕਰਕੇ ਉਹ ਕਹਿੰਦੇ ਮਿਲ ਕੇ ਚੱਲੀਏ। ਕੈਨੇਡਾ ਦੀ ਤਰੱਕੀ ਕਰਨ ਦਾ ਕਾਰਨ ਹੀ ਹੈ ਕਿ ਸਾਰੇ ਮਿਲ ਕੇ ਚੱਲ ਰਹੇ ਨੇ। ਜੇ ਸਾਰੇ ਮਿਲ ਕੇ ਕਿਵੇਂ ਚੱਲ ਸਕਦੇ ਨੇ? ਸਤਿਗੁਰੂ ਜੀ ਕਹਿੰਦੇ ਵੱਡੀ ਸੋਚ ਕਰੋ, ਅਸੰਖ ਜਪ ਅਸੰਖ ਭਾਓ। ਜਪ ਕਰਨ ਦੇ ਤਰੀਕੇ ਅਣਗਿਣਤ ਨੇ ਜੀ, ਪਿਆਰ ਕਰਨ ਦੇ ਤਰੀਕੇ ਅਣਗਿਣਤ ਨੇ। ਅਸੰਖ ਪੂਜਾ ਅਸੰਖ ਤਪਤਾਓ, ਪੂਜਾ ਕਰਨ ਦੇ ਆਪਣੇ ਆਪਣੇ ਤਰੀਕੇ ਨੇ, ਇਹਨੂੰ ਤਕਰਾਰ ਕਿਉਂ ਬਣਾਇਆ ਜਾ? ਤਪ ਕਰਨ ਦੇ ਆਪਣੇ ਆਪਣੇ ਤਰੀਕੇ ਨੇ। ਇਹ ਗੱਲ ਤਾਂ ਸਾਰਿਆਂ ਨੂੰ ਸਮਝਣੀ ਪਵੇਗੀ, ਦਰਸ਼ਕਾਂ ਨੂੰ ਵੀ ਸਮਝਣੀ ਪਵੇਗੀ, ਮੈਨੂੰ ਵੀ ਸਮਝਣੀ ਪਵੇਗੀ, ਹਰ ਇੱਕ ਨੂੰ ਸਮਝਣੀ ਪਵੇਗੀ। ਮੈਂ ਆਪਣੀ ਕੋਈ ਵਿਚਾਰਧਾਰਾ ਜਦੋਂ ਕਿਸੇ ਦੇ ਉੱਪਰ ਥੋਪਣ ਦੀ ਕੋਸ਼ਿਸ਼ ਕਰਾਂਗਾ, ਠੀਕ ਹੈ, ਤਾਂ ਉੱਥੇ ਤਕਰਾਰ ਪੈਦਾ ਹੋਏ। ਠੀਕ, ਇਹ ਤੋਂ ਵੀ ਬਚਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਇੱਕ ਬੜਾ ਕਮਾਲ ਦਾ ਕੰਸੈਪਟ ਦਿੱਤਾ। ਕਦੀ ਕਦੀ ਬੰਦੇ ਦੇ ਮਨ 'ਚ ਪਤਾ ਕੀ ਹੁੰਦਾ, ਵੈਸੇ ਤਾਂ ਵੀਰ ਜੀ ਮੈਂ ਪਤਾ ਨਹੀਂ ਇਸ ਪਲੈਟਫਾਰਮ 'ਤੇ ਗੱਲ ਕਹਿਣੀ ਚਾਹੀਦੀ ਹੈ ਕਿ ਨਹੀਂ। ਮੈਂ ਇੱਕ ਚੀਜ਼ ਦੇਖੀ, ਜਦੋਂ ਬੰਦੇ ਨੂੰ ਥੋੜ੍ਹਾ ਜਿਹਾ ਗਿਆਨ ਮਿਲਦਾ ਨਾ, ਗਿਆਨ ਲੈਣ ਤੁਰਦਾ, ਉਹ ਸਟਾਰਟਿੰਗ 'ਤੇ ਭੜਕਦਾ। ਉਹਨੂੰ ਲੱਗਦਾ ਪਤਾ ਨਹੀਂ ਮੇਰੇ ਕੋਲ ਕਿੰਨਾ ਗਿਆਨ ਆ ਗਿਆ, ਉਹ ਵੰਡਣਾ ਚਾਹੁੰਦਾ, ਹਰ ਇੱਕ ਨੂੰ ਦੇਣਾ ਚਾਹੁੰਦਾ। ਅਤੇ ਗੁਰੂ ਪਾਤਸ਼ਾਹ ਨੇ ਸਾਨੂੰ ਪਤਾ ਕੀ ਸਿਖਾਇਆ? ਨੋ ਡਾਊਟ ਸਾਡੇ ਕੋਲ ਜੋ ਹੈ ਸਾਨੂੰ ਵੰਡਣਾ ਚਾਹੀਦਾ, ਗਿਆਨ ਵੰਡਣਾ ਚਾਹੀਦਾ। ਤੁਸੀਂ ਵੀ ਵੰਡ ਰਹੇ ਹੋ, ਮੈਂ ਆਪਣੇ ਤਰੀਕੇ ਨਾਲ ਵੰਡ ਰਿਹਾ, ਹੈ ਨਾ, ਵੰਡਣਾ ਚਾਹੀਦਾ। ਪਰ ਗੁਰੂ ਮਹਾਰਾਜ ਨੇ ਇੱਕ ਚੀਜ਼ ਸਿਖਾਈ, ਬਿਨ ਗਾਹਕ ਗੁਣ ਵੇਚੀ ਹੈ ਤਾਂ ਗੁਣ ਸਹਿਗੋ ਜਾਏ। ਜੇ ਸਾਹਮਣੇ ਵਾਲਾ ਤੁਹਾਡੀ ਵਿਚਾਰਧਾਰਾ ਨੂੰ ਨਹੀਂ ਐਕਸੈਪਟ ਕਰਨਾ ਚਾਹੁੰਦਾ, ਤਾਂ ਉੱਥੇ ਟਕਰਾਅ ਦਾ ਤਰੀਕਾ ਨਾ ਕੀਤਾ ਜਾਵੇ, ਕਿਉਂਕਿ ਉਹਦਾ ਆਪਣਾ ਤਰੀਕਾ ਹੈ। ਇੱਥੇ ਇੱਕ ਤਰੀਕੇ ਨਹੀਂ, ਵੱਡੀ ਪਿਕਚਰ ਬਣਾਈਏ ਕੁਦਰਤ ਦੇ ਵਿੱਚ। ਅਣਗਿਣਤ ਹੀ ਉਹਦੇ ਤਪ ਕਰਨ ਦੇ ਤਰੀਕੇ ਨੇ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਆਹ ਜਿਹੜਾ ਇਸ ਵੇਲੇ ਅਸੀਂ ਉਲਝਦੇ ਜਾ ਰਹੇ ਹਾਂ, ਅਣਗਿਣਤ ਹੀ ਧਾਰਮਿਕ ਗ੍ਰੰਥ ਨੇ। ਰਾਈਟ, ਜੇ ਅਣਗਿਣਤ ਧਾਰਮਿਕ ਗ੍ਰੰਥ ਨੇ ਤੇ ਧਾਰਮਿਕ ਗ੍ਰੰਥਾਂ ਦੀ ਵਿਚਾਰਧਾਰਾ ਵੀ ਅਣਗਿਣਤ ਹੈ। ਬਿਲਕੁਲ, ਤੇ ਅਸੀਂ ਫਿਰ ਉਹ ਅਣਗਿਣਤ ਵਿਚਾਰਧਾਰਾਵਾਂ ਦੇ ਵਿੱਚ ਅਸੀਂ ਕਿਉਂ ਤਕਰਾਰ ਦੇ ਵਿਸ਼ੇ ਬਣਾਈਏ? ਬਿਲਕੁਲ, ਤੁਸੀਂ ਸਹੀ ਗੱਲ ਕਹੀਏ। ਹਾਲ ਹੀ ਵਿੱਚ ਇੱਕ ਡਿਸਕਸ਼ਨ 'ਚ ਬੈਠੇ ਹੋਏ ਸੀ, ਜਿੱਥੇ ਕਿ ਕਿਉਂਕਿ ਪਿਆਰ ਹੈਗਾ ਹਰ ਕਿਸੇ ਦਾ, ਉਸਦੀ ਆਪਣੀ ਸੋਚ ਹੈਗੀ ਹੈ, ਅਤੇ ਇੱਕ ਭਾਈ ਸਾਹਿਬ ਨੇ ਸਿਰਫ ਇਹੀ ਗੱਲ ਦੇ ਉੱਤੇ ਗੱਲ ਕੀਤੀ ਕਿ ਜੀ ਸਿਰਫ ਜੇਕਰ ਤੁਸੀਂ ਵਾਹਿਗੁਰੂ ਹੀ ਕਹੋਗੇ ਤਾਂ ਸਿਰਫ ਇਸੀ ਰਾਹੀਂ ਹੀ ਤੁਸੀਂ ਰੱਬ ਤੱਕ ਪਹੁੰਚ ਸਕਦੇ ਹੋ, ਹੋਰ ਕੁਝ ਨਹੀਂ। ਲੇਕਿਨ ਭੁੱਲ ਗਏ ਹੋ ਕਿ ਅਸੰਖ ਜਪ ਅਸੰਖ ਤਪਤਾਓ, ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ। ਅਸੀਂ ਆਪਣੀ ਉਸ ਸੋਚ ਦੇ ਉੱਤੇ ਇੰਨੇ ਭਾਰੂ ਹੋ ਜਾਂਦੇ ਹਾਂ ਕਿ ਅਸੀਂ ਗੁਰੂ ਕੀ ਕਹਿ ਰਿਹਾ ਉਹ ਭੁੱਲ ਜਾਂਦੇ ਹਾਂ। ਉਹ ਦੇਖੋ ਇਨਕੰਪਲੀਟ ਇਨਫੋਰਮੇਸ਼ਨ, ਰਾਈਟ, ਉਹ ਇਜ਼ ਅ ਕੌਜ਼ ਆਫ ਪ੍ਰੋਬਲਮ। ਜਾਂ ਆਪਣੀ ਵਿਚਾਰਧਾਰਾ ਨੂੰ ਜਾਂ ਕਿਸੇ ਦੀ ਵਿਚਾਰਧਾਰਾ ਨੂੰ ਫਾਈਨਲ ਵਰਜ਼ਨ ਮੰਨ ਲੈਣਾ, ਇਹੀ ਆਖਰੀ ਸੱਚ ਹੈ। ਰਾਈਟ, ਠੀਕ ਹੈ। ਇਹਦਾ ਮਤਲਬ ਅਸੀਂ ਇਸ ਚੀਜ਼ ਨੂੰ ਨੇੜੇ ਕਰਕੇ ਦੇਖ ਰਹੇ ਹਾਂ, ਵੱਡੀ ਪਿਕਚਰ ਛੁੱਪ ਗਈ ਹੈ ਕੁਦਰਤ ਦੀ। ਬਿਲਕੁਲ, ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇਸ ਕੁਦਰਤ ਦੇ ਵਿੱਚ ਜਿਉਣਾ, ਉਹਦੇ ਵਿੱਚ ਗ੍ਰੰਥ ਅਣਗਿਣਤ ਨੇ, ਅਸੰਖ ਗ੍ਰੰਥ ਮੁੱਖ ਵੇਦ ਪਾਠ। ਤੁਸੀਂ ਰਜਾਇਨਾ ਦਾ ਜ਼ਿਕਰ ਕੀਤਾ, ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਣਾ ਚਾਹਾਂਗਾ, ਕਿਉਂਕਿ ਤੁਸੀਂ ਮੇਰੀ ਜ਼ਿੰਦਗੀ ਦੇ ਉਹ ਸ਼ਖਸ ਹੋ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਸੀ ਕਿ ਤੁਸੀਂ ਜਾਓ, ਸਸਕੈਚਵਨ ਦੇ ਵਿੱਚ ਪ੍ਰਚਾਰ ਨਹੀਂ ਹੋ ਰਿਹਾ ਜੀ, ਅਤੇ ਉੱਥੇ ਬਹੁਤ ਕੁਛ ਕਰਨ ਵਾਲਾ ਪਿਆ, ਅਤੇ ਮੈਂ ਤੁਹਾਡੇ ਬੋਲਾਂ ਤੋਂ ਪ੍ਰਭਾਵਿਤ ਹੋ ਕੇ ਉਸ ਵੇਲੇ ਸ਼ੁਰੂ ਕੀਤਾ, ਅਤੇ ਬਹੁਤ ਸੋਹਣਾ ਰਿਜ਼ਲਟ ਆ ਰਿਹਾ। ਰਾਈਟ, ਅਸੀਂ ਪਿੱਛੇ ਜਿਹਾ ਸੰਥਿਆ ਕਲਾਸਾਂ ਸ਼ੁਰੂ ਕੀਤੀਆਂ। ਓਕੇ, ਵੀ ਜਿਸ ਸ਼ਹਿਰ ਦੇ ਵਿੱਚ ਅੱਜ ਤੋਂ 7 ਮਹੀਨੇ ਪਹਿਲਾਂ ਇਹ ਕਹਿੰਦੇ ਸੀ ਕਿ ਇੱਥੇ ਐਤਵਾਰ ਨੂੰ ਦੀਵਾਨ ਸੱਜਦਾ, ਬਾਕੀ ਦਿਨਾਂ 'ਤੇ ਬੰਦ ਹੁੰਦਾ, ਹੈ ਨਾ ਜੀ, ਉੱਥੇ ਵੀਕਐਂਡ ਜੋੜ ਮੇਲਾ ਭਰਨਾ ਸ਼ੁਰੂ ਹੋ ਗਿਆ। ਐਵਰੀ ਸੈਟਰਡੇ, ਐਵਰੀ ਫਰਾਈਡੇ ਸੰਗਤ ਆਉਣੀ ਸ਼ੁਰੂ ਹੋ ਗਈ, ਕੈਂਪ ਲੱਗਣੇ ਸ਼ੁਰੂ ਹੋ ਗਏ। ਹੁਣ ਅਸੀਂ ਰੀਸੈਂਟਲੀ 2 ਹਫ਼ਤਿਆਂ ਬਾਅਦ ਡੋਰ ਟੂ ਡੋਰ ਸ਼ੁਰੂ ਕਰ ਰਹੇ ਹਾਂ, ਐਵਰੀ ਸੈਟਰਡੇ ਘਰਾਂ ਦੇ ਵਿੱਚ 1.25 ਘੰਟਾ ਵਾਹਿਗੁਰੂ ਦੇ ਪਿਆਰ ਵਿੱਚ ਸਿਮਰਨ, ਫਿਰ ਇੱਕ ਹੁਕਮਨਾਮੇ ਦੀ ਵਿਆਖਿਆ, ਤਾਂ ਕਿ ਉਹ ਜਦੋਂ ਵੀ ਹੁਕਮਨਾਮਾ ਸੁਣਨ ਉਹਦਾ ਪਤਾ ਲੱਗ ਜਾਵੇ ਵੀ ਇਸ ਵਿੱਚ ਗੁਰੂ ਸਾਹਿਬ ਕੀ ਕਹਿ ਰਹੇ ਨੇ। 24 ਤਾਰੀਖ ਨੂੰ, 24 ਜੂਨ ਨੂੰ ਪਹਿਲੀ ਵਾਰ ਰਜਾਇਨਾ ਸ਼ਹਿਰ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ। ਤਾਂ ਹੁਣ ਉਹ ਜਿਹੜੀ ਗੱਲ ਮੈਂ ਦੱਸਣੀ ਚਾਹੁੰਦਾ ਸੀ, ਜਦੋਂ ਅਸੀਂ ਸੰਥਿਆ ਕਲਾਸ ਸ਼ੁਰੂ ਕੀਤੀ ਅਤੇ ਹੁਣ ਚਲੋ ਮਹਾਰਾਜ ਦੀ ਕਿਰਪਾ ਉੱਥੇ ਸਾਡੇ ਬੱਚੇ ਅਤੇ ਬੱਚੀਆਂ ਤਕਰੀਬਨ 15-16 ਬਹੁਤ ਸੋਹਣਾ ਪਾਠ ਕਰਨ ਲੱਗ ਪਏ ਨੇ, ਹੈ ਨਾ ਜੀ। ਅਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਪਹਿਲੇ ਦਿਨ ਵੀ ਇਹ ਬੇਟੇ ਜਦੋਂ ਤੁਸੀਂ ਇਹ ਸਿੱਖੋਗੇ ਤਾਂ ਇਸ ਦੇ ਉੱਪਰ ਕਦੀ ਮਾਣ ਨਾ ਕਰਿਓ। ਅਤੇ ਮੈਂ ਉਹਨਾਂ ਨੂੰ ਕਿਹਾ ਸੀ ਤੁਹਾਡੇ ਸਾਹਮਣੇ ਜਦੋਂ ਕੋਈ ਮੰਨ ਲਓ ਤੁਸੀਂ
ਪੜ੍ਹ ਲਿਆ ਮਾਤਰਾਵਾਂ ਦੇ ਅਸੂਲ ਆਹ ਨੇ, ਗ੍ਰੈਮੈਟੀਕਲ ਫੋਰਮਸ ਆਹ ਨੇ, ਵਿਸ਼ਰਾਮ ਇੱਥੇ ਲਾਉਣੇ ਨੇ, ਤਾਂ ਤੁਹਾਨੂੰ ਸਮਝ ਲੱਗ ਗਈ। ਹੋ ਸਕਦਾ ਕੋਈ ਪਾਠ ਕਰਦਾ ਉਹਨੂੰ ਨਹੀਂ ਪਤਾ, ਨਹੀਂ ਪਤਾ ਤਾਂ ਇੱਧਰ ਉੱਧਰ ਪੜ੍ਹਦਾ ਅਤੇ ਉਹਨੂੰ ਕਦੀ ਇੱਦਾਂ ਨਹੀਂ ਟੋਕੀਦਾ, ਇਹ ਨਹੀਂ ਕਹੀਦਾ ਇਹਨੂੰ ਪੜ੍ਹਨਾ ਹੀ ਨਹੀਂ ਆਉਂਦਾ, ਉਹ ਨਹੀਂ ਕਹਿੰਦਾ, ਉਹਦੇ ਵਿੱਚੋਂ ਫਿਰ ਤਕਰਾਰ ਪੈਦਾ ਹੁੰਦੀ। ਰਾਈਟ, ਕਦੀ ਨਹੀਂ ਟੋਕੀਦਾ। ਹਾਂ, ਜਿਹੜਾ ਸਿੱਖਣ ਆਵੇ ਉਹਨੂੰ ਸਿਖਾ ਦਿਓ, ਬਿਲਕੁਲ, ਜਿਹੜਾ ਸਿੱਖਣਾ ਚਾਹੇ ਉਹਨੂੰ ਸਿਖਾ ਦਿਓ। ਵੀਰ ਜੀ, ਸਭ ਤੋਂ ਵੱਡੀ ਖੁਸ਼ੀ ਦੀ ਗੱਲ ਜਦੋਂ ਮੈਂ ਪ੍ਰਬੰਧਕਾਂ ਕੋਲ ਗੱਲ ਕੀਤੀ ਵੀ ਮੈਂ ਚਾਹੁੰਦਾ ਕਿ ਐਤਵਾਰ ਨੂੰ ਆਪਾਂ ਇਹ ਗੁਰਬਾਣੀ ਪ੍ਰਚਾਰ ਘਰ ਘਰ ਲੈ ਕੇ ਜਾਈਏ, ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਜੀ, ਉਂਝ ਬਿੱਲ ਸਿੰਘ ਉਹਨਾਂ ਨੂੰ ਕਹਿ ਦਿੰਦੇ ਨੇ, ਬਿੱਲ ਸਿੰਘ ਭਾਅ ਜੀ, ਉਹ ਕਹਿੰਦੇ ਸਭ ਤੋਂ ਪਹਿਲਾਂ ਪ੍ਰੋਗਰਾਮ ਮੇਰੇ ਘਰ ਰੱਖੋ। ਸਾਡੇ ਸੈਕਟਰੀ ਸਾਹਿਬ ਕਹਿੰਦੇ ਨੇ, ਆਪਣੇ ਇੰਦਰਜੀਤ ਸਿੰਘ ਪਡਵਾਲ, ਉਹ ਕਹਿੰਦੇ ਸਭ ਤੋਂ ਪਹਿਲਾਂ ਪ੍ਰੋਗਰਾਮ ਸਾਡੇ ਘਰ ਰੱਖੋ। ਬਿੱਕ ਸਿੰਘ ਨੇ, ਕਮੇਟੀ ਮੈਂਬਰ ਨੇ, ਉਹ ਕਹਿੰਦੇ ਸਭ ਤੋਂ ਪਹਿਲਾਂ ਪ੍ਰੋਗਰਾਮ ਸਾਡੇ ਘਰ ਰੱਖੋ। ਇੱਕ ਆਨੰਦ ਹੈਗਾ, ਬਿਲਕੁਲ, ਸਾਰੇ ਚਾਹੁੰਦੇ ਨੇ ਇਹਦਾ ਮਤਲਬ, ਹੈ ਨਾ। ਤਾਂ ਜਦੋਂ ਅਸੀਂ ਇਹ ਘਰਾਂ ਵਿੱਚ ਲੈ ਕੇ ਜਾਣਾ ਹੈ ਜੀ, ਤਾਂ ਅਸੀਂ ਸਿੱਖਣ ਵਾਸਤੇ ਲੈ ਕੇ ਜਾਣਾ। ਵੀਰ ਜੀ, ਸਾਡਾ ਤਰੀਕਾ ਆਪਣਾ ਹੈ, ਇਸੇ ਅਣਗਿਣਤ ਤਰੀਕੇ ਨੇ, ਬਿਲਕੁਲ। ਜੇ ਕੁਦਰਤ ਦੇ ਵਿੱਚ ਜਿਉਣਾ ਹੈ ਨਾ, ਤੇ ਆਪਣੇ ਆਪ ਨੂੰ ਅਸੀਂ ਕਹਿੰਦੇ ਨਾ ਆਪਾਂ ਮੇਟਣਾ, ਆਪਾਂ ਕਹਿੰਦੇ ਨਿਮਰਤਾ, ਉਹਦਾ ਮਤਲਬ ਇਹ ਹੈ ਵੀਰ ਜੀ ਵੀ ਅਸੀਂ ਜੋ ਕਰ ਰਹੇ ਹਾਂ ਰੱਬ ਦੀ ਕੁਦਰਤ ਦੇ ਵਿੱਚ ਉਹ ਕਿਣਕਾ ਮਾਤਰ ਵੀ ਨਹੀਂ। ਬਿਲਕੁਲ ਸਹੀ ਫਰਮਾਇਆ ਤੁਸੀਂ ਕਿ ਅਸੀਂ ਜੇ ਇਹ ਸੋਚ ਲਈ ਕਿ ਅਸੀਂ ਤਾਂ ਕਿਣਕਾ ਮਾਤਰ ਹਾਂ, ਤੇ ਮੁਬਾਰਕ ਜਿਸ ਦੀ ਵੀ ਜਿਸ ਵਿੱਚ ਆਸਥਾ ਹੈ ਉਸਨੂੰ ਉਹ ਪ੍ਰਚਾਰ ਕਰ ਰਿਹਾ ਜਾਂ ਉਸਨੂੰ ਉਸ ਨਾਲ ਜੁੜ ਰਿਹਾ, ਪਰ ਸਾਡਾ ਇਹ ਫਰਜ਼ ਹੈ ਕਿ ਗੁਰੂ ਦੀ ਸੋਚ ਨੂੰ ਅਸੀਂ ਆਪਣੇ ਆਪ ਦੇ ਵਿੱਚ ਤਰੱਕੀ ਕਰੀਏ, ਅਸੀਂ ਆਪਣੀ ਸੋਚ ਨੂੰ ਵਧੀਆ ਕਰੀਏ। ਦੂਸਰਾ ਜੇਕਰ ਕੋਈ ਕਰ ਰਿਹਾ ਹੈ, ਹਾਂ, ਉਸਨੂੰ ਅਸੀਂ ਗਾਈਡ ਜ਼ਰੂਰ ਕਰ ਸਕਦੇ ਹਾਂ, ਪਰ ਸਿਰਫ ਇਹ ਨਾ ਮਾਣ ਕਰ ਲਈਏ ਕਿ ਸਿਰਫ ਇਹੀ ਰਸਤਾ ਜਿਹੜਾ ਹੈ ਇਹ ਠੀਕ ਹੈਗਾ। ਇਸੀ ਸਫ਼ਰ ਵਿੱਚ ਅਗਲੇ ਹਫ਼ਤੇ ਅਸੀਂ ਜੁੜਾਂਗੇ ਜੀ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਆਸ ਕਰਦੇ ਹਾਂ ਕਿ ਗੁਰਗਿਆਨ ਸਮੁੰਦਰ ਸੀਰੀਜ਼ ਜੋ ਹੈ ਇਸ ਦਾ ਤੁਸੀਂ ਲਾਭ ਉਠਾ ਰਹੇ ਹੋਵੋਗੇ, ਕਿਉਂਕਿ ਅਸੀਂ ਵਾਰ ਵਾਰ ਇਹੀ ਦੁਹਰਾਉਂਦੇ ਹਾਂ ਕਿ ਕਾਗਜ਼ ਪੈਨ ਲੈ ਕੇ ਜ਼ਰੂਰ ਬੈਠਿਆ ਕਰੋ, ਅਤੇ ਉਸ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਏ, ਕਿਉਂਕਿ ਸਾਰੇ ਹੀ ਅਸੀਂ ਇੱਕ ਦੂਸਰੇ ਤੋਂ ਸਿੱਖ ਸਕਦੇ ਹਾਂ। ਭਾਈ ਸਾਹਿਬ ਜੋ ਇਹ ਨੌਲੇਜ ਇਨਫੋਰਮੇਸ਼ਨ ਲੈ ਕੇ ਆਉਂਦੇ ਨੇ, ਜਿੰਨੀ ਇਹ ਮਿਹਨਤ ਕਰਦੇ ਨੇ, ਜਿਨ੍ਹਾਂ ਇਹਨਾਂ ਦਾ ਐਕਸਪੀਰੀਅੰਸ ਹੈ ਉਸ ਤੋਂ ਇੱਥੇ ਆਉਂਦੇ ਨੇ, ਅਤੇ ਜਿੰਨਾ ਸੀਮਤ ਸੰਬੰਧ ਹੁੰਦਾ ਉਸ ਦੇ ਵਿੱਚ ਕੋਸ਼ਿਸ਼ ਕਰਦੇ ਨੇ ਕਿ ਉਸ ਪਦ ਦੀ, ਉਸ ਬਾਣੀ ਦੀ ਵਿਆਖਿਆ ਤੁਹਾਡੇ ਤੱਕ ਪਹੁੰਚਾ ਸਕਣ। ਸੋ ਜੇਕਰ ਕੋਈ ਚੀਜ਼ ਰਹਿ ਜਾਏ ਤਾਂ ਉਸ ਵਾਸਤੇ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਤਾਂ ਕਿ ਆਉਣ ਵਾਲੇ ਪ੍ਰੋਗਰਾਮਸ ਵਿੱਚ ਉਸ ਬਾਰੇ ਅਸੀਂ ਚਰਚਾ ਕਰ ਸਕੀਏ। 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ, harpreetsingshow@gmail.com। ਉਸ ਦੇ ਨਾਲ ਹੀ ਆਪ ਸਭ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਤੁਹਾਡੇ ਤੋਂ ਸਹਿਯੋਗ ਦੀ ਅਸੀਂ ਆਸ ਰੱਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਜਿੱਥੇ ਤੁਸੀਂ ਵਟਸਐਪ 'ਤੇ ਬਹੁਤ ਕੁਝ ਇੱਕ ਦੂਸਰੇ ਨੂੰ ਰੋਜ਼ ਸਵੇਰੇ ਭੇਜਦੇ ਹੋ, ਗੁੱਡ ਮਾਰਨਿੰਗ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਭੇਜਦੇ ਹੋ, ਇਹ ਸਾਰੇ ਐਪੀਸੋਡਸ youtube.com/harpreetsingshow ਤੇ ਹਨ। ਉੱਥੋਂ ਡਾਊਨਲੋਡ ਕਰਕੇ ਸ਼ੇਅਰ ਕਰੋ, ਤਾਂ ਕਿ ਹਰ ਘਰ ਦੇ ਵਿੱਚ ਇਹ ਮੈਸੇਜ ਪਹੁੰਚ ਸਕੇ, ਸਾਡਾ ਗੁਰੂ ਸਾਨੂੰ ਕੀ ਉਪਦੇਸ਼ ਕਰ ਰਿਹਾ ਹੈ। ਸੋ ਪ੍ਰੋਗਰਾਮ ਦੀ ਕਰਦਾ ਇੱਥੇ ਹੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।